ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹਨਾਂ ਨੂੰ ਧੱਕੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਹੈ, ਪਰ ਉਹ ਅੱਜ ਵੀ ਅਕਾਲੀ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਰੈਲੀ ਕਰਨੀ ਸੀ ਤਾਂ ਲੋਕਾਂ ਨੂੰ ਦੱਸ ਕੇ ਕਰਦੇ ਕਿ ਉਹ ਢੀਂਡਸਾ ਪਰਿਵਾਰ ਦੇ ਖਿਲਾਫ ਕਰ ਰਹੇ ਹਨ। ਪਹਿਲੀ ਗੱਲ ਤਾਂ ਅਸੀਂ ਪਾਰਟੀ ਨਹੀਂ ਛੱਡੀ, ਧੱਕੇ ਨਾਲ ਸਾਨੂੰ ਪਾਰਟੀ 'ਚੋਂ ਕੱਢਿਆ ਗਿਆ। ਅਸੀਂ ਦਿਲੋਂ ਅੱਜ ਵੀ ਅਕਾਲੀ ਹਾਂ ਅਤੇ ਹਮੇਸ਼ਾ ਰਹਾਂਗੇ। ਦੂਜੀ ਗੱਲ, ਸਾਡੇ ਇਲਾਕੇ ਦੇ ਲੋਕਾਂ ਨੇ ਸਾਨੂੰ ਇਮਾਨ ਦਿੱਤਾ, ਜੋ ਮੈਨੂੰ ਵਿਧਾਇਕ ਬਣਾ ਕੇ ਭੇਜਿਆ, ਰਿਕਾਰਡ ਤੋੜ ਵੋਟਾਂ ਨਾਲ ਭੇਜਿਆ, ਅਤੇ ਇਹ ਲੋਕਾਂ ਨੇ ਵਿਧਾਇਕੀ ਦਿੱਤੀ। ਇਸ ਕਰਕੇ ਜੇ ਇਕੱਲੀ ਪਾਰਟੀ ਦੇ ਸਿਰ 'ਤੇ ਜਿੱਤਿਆ ਹੁੰਦਾ ਤਾਂ ਪੰਜਾਬ ਦੇ ਵਿੱਚ 117 'ਚੋਂ ਘੱਟੋ ਘੱਟ 100 ਸੀਟ ਅਕਾਲੀ ਦਲ ਜਿੱਤਦਾ ਪੰਜਾਬ। ਪਰ ਹੁਣ ਜੋ ਫੈਸਲਾ ਲੋਕਾਂ ਦਾ, ਜੋ ਫੈਸਲਾ ਹਲਕੇ ਦੇ ਜੋ ਲੋਕ ਨੇ ਉਹਨਾਂ ਦੀਆਂ ਭਾਵਨਾ ਅਨੁਸਾਰ ਮੈਂ ਚੱਲਾਂ। ਪੰਜਾਬ ਦੇ ਲੋਕ ਤੱਕੜੀ ਚੋਣ ਨਿਸ਼ਾਨ ਨਾਲ ਜੁੜੇ ਹੋਏ ਨੇ, ਤੱਕੜੀ ਦਾ ਚੋਣ ਨਿਸ਼ਾਨ ਕਿਸ ਕੋਲ ਰਹੇਗਾ ਜੀ? ਦੇਖੋ, ਚੋਣ ਨਿਸ਼ਾਨ ਪੰਜਾਬ ਦੇ ਲੋਕ ਸੱਚ ਨਾਲ ਜੁੜੇ ਹੋਏ ਨੇ, ਅਤੇ ਮੈਂ ਇਹ ਮਹਿਸੂਸ ਕਰਦਾ ਸਮੇਂ ਸਮੇਂ 'ਤੇ ਸਿਮਰਨਜੀਤ ਸਿੰਘ ਮਾਨ ਉਹ ਜਦ ਚੋਣ ਜਿੱਤੇ ਉਦੋਂ ਕੋਈ ਤੱਕੜੀ ਚੋਣ ਨਿਸ਼ਾਨ ਨਹੀਂ ਸੀਗਾ, ਅਤੇ 1977 ਤੋਂ ਪਹਿਲਾਂ ਵੀ ਸ਼੍ਰੋਮਣੀ ਕੋਲ ਤੱਕੜੀ ਚੋਣ ਨਿਸ਼ਾਨ ਨਹੀਂ ਸੀ। ਲੋਕ ਪਾਰਟੀ ਨਾਲ, ਸੋਚ ਨਾਲ, ਸਿਧਾਂਤਾਂ ਨਾਲ ਜੁੜੇ ਹੁੰਦੇ ਆ, ਅਤੇ ਇਸ ਲਈ ਇਹ ਕੋਈ ਇਸ਼ੂ ਨਹੀਂ ਹੈ। ਅਸੀਂ ਤਾਂ ਪਹਿਲੀ ਗੱਲ ਤਾਂ ਸਾਡੀ ਕੋਸ਼ਿਸ਼ ਹੈ ਵੀ ਪਾਰਟੀ ਹੈ ਜਿਹੜੀ ਉਹਦੇ ਵਿੱਚ ਜਿਹੜੀ ਬਦਲਾਅ ਲਿਆ ਜਾਵੇ, ਅਸੀਂ ਯਤਨ ਇਹੀ ਕਰ ਰਹੇ ਹਾਂ। ਸਾਰੇ ਜਿਹੜੇ ਨੇ ਸੋਚ ਪਾਰਟੀ ਦੇ ਹਿੱਤ ਦੀ ਰੱਖਣ ਵਾਲੇ ਲੋਕ ਨੇ, ਉਹਨਾਂ ਨਾਲ ਸਾਡਾ ਰਾਬਤਾ ਹੈ, ਅਤੇ ਆਉਣ ਵਾਲੇ ਸਮੇਂ 'ਚ ਜੋ ਸਾਡੇ ਯਤਨ ਨੇ ਜ਼ਰੂਰ ਸਫਲ ਹੋਣਗੇ, ਮੈਨੂੰ ਪ੍ਰੋਸੈਸ ਕਰ। ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸਫਰੇ ਅਕਾਲੀ ਲਹਿਰ ਸਮਾਗਮ ਜੋ ਦਿੱਲੀ 'ਚ ਹੋਇਆ, ਉਸ ਮੌਕੇ ਸਰਨਾ ਭਰਾ ਨਾਲ ਸੀ ਤੁਹਾਡੇ, ਪਰ ਦਿੱਲੀ ਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਹਟ ਕੇ ਕਾਂਗਰਸ ਦੀ ਹਮਾਇਤ ਕੀਤੀ ਹੈ? ਨਹੀਂ, ਦੇਖੋ ਗੱਲ ਹੈ ਵੀ ਉਹ ਆਡਰ ਪਾਰਟੀ ਨੇ, ਸਰਨਾ ਭਰਾਵਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਦਿੱਲੀ 'ਚ, ਉਹਨਾਂ ਦਾ ਆਪਦਾ ਫੈਸਲਾ ਸੀ। ਆਪਣਾ ਮਨਜੀਤ ਸਿੰਘ ਜੀ ਕੇ ਨੇ ਆਪਦਾ ਫੈਸਲਾ ਕੀਤਾ, ਇਹ ਤਾਂ ਦਿੱਲੀ ਵਾਲੀਆਂ ਪਾਰਟੀਆਂ ਨੇ ਫੈਸਲਾ ਕਰਨਾ ਵੀ ਕਿਹੜਾ ਕਰਨਾ ਸਾਡੇ ਨਾਲ, ਉਹਦਾ ਕੀ ਲੈਣਾ ਦੇਣਾ। ਅਸੀਂ ਇੱਕ ਸੋਚ, ਇੱਕ ਸਿਧਾਂਤ ਨੂੰ ਲੈ ਕੇ ਇਕੱਠੇ ਹੋਏ ਹਾਂ, ਅਤੇ ਜਿੰਨਾ ਚਿਰ ਸਾਰੇ ਇੱਕ ਝੰਡਾ ਇੱਕ ਪਾਰਟੀ ਥੱਲੇ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਸਾਰਿਆਂ ਕੋਲ ਅਧਿਕਾਰ ਹੈ ਆਪਦਾ ਆਪਦਾ ਫੈਸਲਾ ਲੈਣ। ਸੰਗਰੂਰ ਰੈਲੀ ਦੇ ਇਕੱਠ ਨੂੰ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ ਦੀ ਅੰਤਿਮ ਅਰਦਾਸ ਕਹਿ ਕੇ ਸੰਬੋਧਨ ਕੀਤਾ, ਉਸ ਦੇ ਬਾਰੇ ਤੁਹਾਡਾ ਕੀ? ਦੇਖੋ, ਜੋ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਨੂੰ ਲੋਕ ਅੱਜ ਕੱਲ੍ਹ ਕੋਈ ਸੀਰੀਅਸਲੀ ਨਹੀਂ ਲੈਂਦਾ, ਅਤੇ ਇਹ ਨਾਲੇ ਜਿਹੜੇ ਬਿਆਨ ਨੇ ਇਹ ਉਹਨਾਂ ਦੀ ਸੋਚ, ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦੇ ਨੇ, ਇਹਦਾ ਸਾਡੇ 'ਤੇ ਕੋਈ ਅਸਰ ਨਹੀਂ ਹੈ। ਅਸੀਂ ਜਿਹੜਾ ਹੈ ਆਪਦੀ ਜੋ ਸੋਚ ਹੈ, ਜੋ ਮਿਸ਼ਨ ਹੈ, ਉਹਨੂੰ ਲੈ ਕੇ ਤੁਰੇ ਹੋਏ ਹਾਂ, ਅਤੇ ਉਸ ਮਿਸ਼ਨ ਨੂੰ ਜਦ ਤੱਕ ਸਾਡਾ ਪੂਰਾ ਨਹੀਂ ਹੁੰਦਾ ਅਸੀਂ ਜਿਹੜਾ ਜੂਝਦੇ ਰਹਾਂਗੇ, ਅਤੇ ਸਾਡਾ ਸਿਰਫ ਨਿਸ਼ਾਨਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੁਬਾਰੇ ਬੁਲੰਦੀਆਂ 'ਤੇ ਜਾਵੇ, ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ। ਸੰਗਰੂਰ ਰੈਲੀ ਕਾਂਗਰਸ ਵਿਰੋਧੀ ਸੀ ਜਾਂ ਢੀਂਡਸਾ ਪਰਿਵਾਰ ਵਿਰੋਧੀ ਸੀ? ਉਹ ਤਾਂ ਸਭ ਜਗ ਜ਼ਾਹਰ ਹੈ, ਕਾਂਗਰਸ ਦਾ ਨਾਂ ਲੈ ਕੇ ਉਹਨਾਂ ਨੇ ਸਾਡੇ 'ਤੇ ਨਿਸ਼ਾਨੇ ਸਿੱਧੇ, ਲੋਕਾਂ ਨੂੰ ਇਹ ਕਿਹਾ ਵੀ ਅਸੀਂ ਕਾਂਗਰਸ ਵਿਰੋਧੀ ਰੈਲੀ ਕਰ ਰਹੇ ਹਾਂ। ਸੋ ਹੁਣ ਮੈਂ ਸਮਝਦਾ ਉਹਨਾਂ ਨੂੰ ਪਹਿਲਾਂ ਸਪਸ਼ਟ ਕਰਨਾ ਚਾਹੀਦਾ ਸੀ, ਲੋਕਾਂ ਨੂੰ ਕਹਿੰਦੇ ਵੀ ਅਸੀਂ ਉਹਨਾਂ ਦੇ ਵਿਰੋਧੀ ਰੈਲੀ ਕਰ ਰਹੇ ਹਾਂ, ਅਤੇ ਇਹ ਮੁੱਦਾ ਲੈ ਕੇ ਜਾਂਦੇ ਉਹ ਤਾਂ ਮਤਲਬ ਜਿਵੇਂ ਕਹਿੰਦੇ ਲੋਕੇ ਵਾਰ ਕਰਨ ਵਾਲੀ ਗੱਲ ਹੈ ਜੋ ਉਹਨਾਂ ਨੇ ਕੀਤਾ, ਅਤੇ ਇਹ ਉਹਨਾਂ ਦੀ ਆਦਤ ਬਣ ਚੁੱਕੀ। KGS ਚੀਮਾ ਜੀ ਸਿਆਸੀ ਸਕੱਤਰ ਰਹੇ ਨੇ ਬਾਦਲ ਸਾਹਿਬ ਦੇ, ਕੱਲ੍ਹ ਉਹ ਵੀ ਹਲਕੇ 'ਚ ਆਏ, ਉਹਨਾਂ ਨੇ ਵੱਲੋਂ ਵੀ ਢੀਂਡਸਾ ਪਰਿਵਾਰ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ ਗਈ, ਉਹਨੂੰ ਕਿੱਦਾਂ ਦੇ? KGS ਚੀਮਾ ਨੇ ਸਾਡੀ ਕਦੇ ਮਦਦ ਹੀ ਨਹੀਂ ਕੀਤੀ। ਇਸ ਤੋਂ ਪਹਿਲਾਂ ਸਰਦਾਰ ਸੁਖਵੰਤ ਸਿੰਘ ਸਰਾਵਤ ਚੋਣ ਲੜੇ, ਉਦੋਂ KGS ਚੀਮਾ ਨੇ ਉਹਨਾਂ ਦਾ ਵਿਰੋਧ ਕੀਤਾ, ਮੈਂ ਚੋਣ ਲੜਿਆ ਮੇਰਾ ਵਿਰੋਧ ਕੀਤਾ। ਸੋ KGS ਚੀਮਾ ਕੀ ਬੋਲਦਾ ਕੀ ਨਹੀਂ ਬੋਲਦਾ ਉਹਦਾ ਕੋਈ ਸਾਨੂੰ ਕੋਈ ਮਤਲਬ ਨਹੀਂ ਬਣਦਾ, ਉਹਨੇ ਤਾਂ ਕਾਂਗਰਸ ਦੀ ਮਦਦ ਕਰਨੀ ਹੁੰਦੀ ਹੈ, ਹੁਣ ਵੀ ਕਾਂਗਰਸ ਦੀ ਮਦਦ ਕਰੂਗਾ। 23 ਫਰਵਰੀ ਦੀ ਸੰਗਰੂਰ ਰੈਲੀ 'ਚ ਸੁਖਬੀਰ ਬਾਦਲ ਦੀ ਸੰਗਰੂਰ ਰੈਲੀ ਨਾਲੋਂ ਵੱਖਰਾ ਕੀ ਹੋਵੇਗਾ? ਦੇਖੋ, ਉੱਥੇ ਅਸੀਂ ਸਿਧਾਂਤਾਂ ਦੀ ਗੱਲ ਕਰ ਰਹੇ ਹਾਂ।